केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। जलंधर दे बस्ती बावा खेल विच एक लड़की ने अपनी रिश्तेदारी विच पैंदे एक नौजवान उत्ते विआह दा झूठा लारा लगा के शारीरिक संबंध बनाउण दी शिकायत दित्ती है। लड़की ने दस्या कि करीब एक साल तो वह उस नूं वरगला के शारीरिक संबंध बना रहा है। लड़की ने दस्या कि उस लड़के ने एक वीडियो भी बनाई है अते ब्लैकमेल कर रहा है कि जेकर वह उस नूं मिलन ना आई तो वह वीडियो वायरल कर देवेगा। लड़की ने कहा कि पहला तो वह विआह दा लारा ला के उस नूं चुप रहण लई मजबूर करता रहा, पर हुण विआह करवाउण तो साफ मुकर गया है। लड़की ने अपनी मां नूं सारी गल दसी, जिस तों बाद परिवार वालियां ने पुलिस नूं आ के शिकायत दित्ती। जलंधर तों रवि गिल अते साहिल मरोत्रा दी रिपोर्ट। ਕੀ ਨਾਮ ਆਪਣਾ? ਮੇਰਾ ਨਾਮ ਵੰਦਨਾ ਆ। ਹਾਂਜੀ, ਮੁੰਡਾ ਇਹਦੇ ਭਰਾ ਅਨੀਲ ਚਿੱਟੂ ਆ ਤੇ ਇਹਨੇ ਮੈਨੂੰ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਪੈਂਦਾ ਆ ਤੇ ਇਹਨੇ ਮੈਨੂੰ ਮਤਲਬ ਬਾਹਰ ਲੈ ਕੇ ਗਿਆ, ਕਹਿੰਦਾ ਕਿ ਮੈਂ ਤੈਨੂੰ ਮਿਲਣਾ ਆ। ਇੱਦਾਂ ਕਰਕੇ ਇਹਨੇ ਮੈਨੂੰ ਬਾਹਰ ਬੁਲਾਇਆ ਔਰ ਸਾਡੀ ਜਿੱਦਾਂ ਰਿਸ਼ਤੇਦਾਰੀ ਪੈਂਦੀ ਸੀਗੀ ਤਾਂ ਮੈਂ ਵੀ ਸੋਚਿਆ ਕਿ ਇਹਨੇ ਮੇਰੇ ਨਾਲ ਕੋਈ ਗੱਲ ਕਰਨੀ ਹੋਣੀ ਆ ਤਾਂ ਕਰਕੇ ਬੁਲਾਇਆ। ਇਹਨੇ ਉੱਥੇ ਬੁਲਾ ਕੇ ਮੈਨੂੰ ਇਹਨੇ ਕੋਲਡਿੰਗ ਦੇ ਵਿੱਚ ਕੁਛ ਦਿੱਤਾ ਜਿਹਦਾ ਕਰਕੇ ਮੈਂ ਬੇਸੁੱਧ ਹੋ ਗਈ ਅਤੇ ਇਹਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ। ਅਤੇ ਉਸ ਤੋਂ ਬਾਅਦ 'ਚੋਂ ਇਹ ਮੈਨੂੰ ਹਰ ਵਾਰੀ ਇੱਦਾਂ ਮਿਲਣ ਲਈ ਬੁਲਾਉਂਦਾ, ਕਹਿੰਦਾ ਕਿ ਜੇ ਤੂੰ ਮਿਲਣ ਲਈ ਨਾ ਆਏ ਨਾ ਤਾਂ ਤੇਰੀ ਮੈਂ ਅੱਗੇ ਵੀਡੀਓ ਨਾ ਵਾਇਰਲ ਕਰ ਦੇਣੀ। ਇਹਨੇ ਮੇਰੀ ਵੀਡੀਓ ਬਣਾਈ ਆ ਅਤੇ ਕਦੋਂ ਦੀ ਗੱਲ ਹੈ? ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਦੱਸਿਆ ਨਹੀਂ ਇਹ ਗੱਲ? ਸਰ ਮੈਂ ਹੁਣ ਆਪਣੀ ਮੰਮੀ ਨੂੰ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਇੱਥੇ ਮਤਲਬ ਇਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ। ਅਤੇ ਮੁੰਡਾ ਕਿੱਥੋਂ ਰਹਿਣ ਵਾਲਾ? ਇਹ ਦਸੂਏ ਦਾ ਰਹਿਣ ਵਾਲਾ ਆ। ਮੈਨੂੰ ਕਹਿੰਦਾ ਤੂੰ ਆਪਣੇ ਘਰਦਿਆਂ ਨੂੰ ਨਾ ਦੱਸੀ ਕਿ ਮੈਂ ਤੇਰੇ ਨਾਲ ਵਿਆਹ ਕਰਾ ਲੈਣਾ ਆ। ਹੁਣ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਨਹੀਂ ਇਸ ਕਰਕੇ ਅਤੇ ਇਹਨੇ ਹੁਣ ਮੈਨੇ ਇੱਕ ਸਾਲ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਹੁਣ ਮੈਨੂੰ ਵਿਆਹ ਤੋਂ ਵੀ ਮਨ੍ਹਾ ਕਰਤਾ। ਅਤੇ ਤੁਸੀਂ ਇਹਦੀ ਕੋਈ ਕੰਪਲੇਂਟ ਦਿੱਤੀ ਹੈ ਨਾ ਖਿਲਾਫ? ਹਾਂਜੀ ਮੈਂ ਦਿੱਤੀ, ਪਹਿਲਾਂ ਬਾਬਾ ਖੇਲ ਦੇ ਵਿੱਚ ਦਿੱਤੀ ਸੀ, ਬਾਅਦ 'ਚੋਂ ਵੂਮਨ ਸੈੱਲ ਦੇ ਵਿੱਚ ਦਿੱਤੀ ਹੈ ਜਿੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ। ਅਤੇ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ? ਮੈਂ ਇੱਥੇ ਰਹਿੰਦੀ ਬਾਬਾ ਖੇਲ। ਠੀਕ ਹੈ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज, हक सच और इंसाफ की आवाज़ आपको रखे सबसे आगे।